ਹਾਂਜੀ ਹਾਲ ਚਾਲ, ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅਤੇ ਲੈ ਕੇ ਹਾਜ਼ਰ ਹਾਂ ਦੋਸਤੋ ਜਮਾਤ ਛੇਵੀਂ ਵਾਲਿਆਂ ਦੇ ਲਈ ਸਤੰਬਰ ਪ੍ਰੀਖਿਆ ਦੇ ਵਿੱਚ ਹੋਣ ਵਾਲਾ ਤੁਹਾਡਾ ਕੰਪਿਊਟਰ ਸਾਇੰਸ ਦਾ ਪੇਪਰ। ਠੀਕ ਹੈ ਦੋਸਤੋ, ਤੁਹਾਡਾ 26 ਸਤੰਬਰ ਨੂੰ ਪੇਪਰ ਹੋਣ ਵਾਲਾ ਕੰਪਿਊਟਰ ਸਾਇੰਸ ਦਾ, ਲੈ ਕੇ ਹਾਜ਼ਰ ਹੋਏ ਸਭ ਤੋਂ ਪਹਿਲਾਂ, ਤਾਂ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਚੈਨਲ ਦੇ ਨਵੇਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਲ ਦਾ ਹੈਟ ਜ਼ਰੂਰ ਕਰ ਦੇਣਾ, ਜਿਸ ਤਰ੍ਹਾਂ ਹੀ ਦੋਸਤੋ ਜਿੰਨਾ ਜੋ ਵੀ ਆਪਾਂ ਪੇਪਰ ਸਭ ਤੋਂ ਪਹਿਲਾਂ ਅਪਲੋਡ ਕਰੀਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ। ਜੇਕਰ ਦੋਸਤੋ ਤੁਹਾਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਚਾਹੀਦਾ ਤਾਂ ਤੁਸੀਂ ਕਮੈਂਟ ਕਰ ਦਿਵੋ, ਆਪਾਂ ਉਹ ਪੇਪਰ ਲੈ ਕੇ ਹਾਜ਼ਰ ਹੋ ਜਾਵਾਂਗੇ, ਜਾਂ ਫਿਰ ਤੁਹਾਡੇ ਇਹ ਵੀਡੀਓ ਅਪਲੋਡ ਹੋਣ ਤੱਕ ਕੀਤਾ ਤੁਹਾਡਾ ਪੇਪਰ ਇੰਗਲਿਸ਼ ਮੀਡੀਅਮ ਦੇ ਵਿੱਚ ਉਹ ਵੀ ਅਪਲੋਡ ਕੀਤਾ ਜਾ ਰਿਹਾ ਹੋਵੇ, ਤਾਂ ਤੁਸੀਂ ਇੱਕ ਵਾਰ ਚੈਨਲ 'ਤੇ ਜਾ ਕੇ ਚੈੱਕਆਊਟ ਜ਼ਰੂਰ ਕਰ ਲੈਣਾ। ਠੀਕ ਹੈ ਦੋਸਤੋ, ਅਤੇ ਇਹ ਹੋਣ ਵਾਲਾ ਕੰਪਿਊਟਰ ਸਾਇੰਸ ਦਾ ਪੇਪਰ ਆ, ਜਿਵੇਂ ਦੋਸਤੋ ਸਭ ਤੋਂ ਪਹਿਲਾਂ ਭਾਗ ਗੁੜਾ ਆ ਜੂਗਾ ਉਹ ਕੁੱਲ ਅੰਕ 25 ਦਾ ਹੋਊਗਾ, 25 ਦਾ ਹੋਊਗਾ ਭਾਗ ਗੁੜਾ। ਦੋਸਤੋ ਪਹਿਲਾ ਕੁਐਸਚਨ ਆ ਜੂਗਾ ਕੰਪਿਊਟਰ ਡੈਸ਼ ਕਰ ਸਕਦਾ ਹੈ। ਹਾਂਜੀ ਦੋਸਤੋ, ਪਹਿਲਾ ਕੁਐਸਚਨ ਦਾ ਆਂਸਰ ਆ ਜੂਗਾ ਅਪਰੋਚ, ਸਾਰੇ ਜਾਣ ਕੇ ਗਣਨਾਵਾਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਸਟੋਰ ਇਹ ਸਾਰੇ ਕਰ ਸਕਦਾ ਹੈ। ਕੰਪਿਊਟਰ ਆਪਣੇ ਕੰਮ ਬਹੁਤ ਡੈਸ਼ ਨਾਲ ਕਰਦਾ ਹੈ। ਉੱਤਰ ਆ ਜੂ ਦੋਸਤੋ ਰਫ਼ਤਾਰ, ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ। ਉੱਤਰ ਕੀ ਆ ਜੀ ਦੋਸਤੋ, ਇਨਪੁੱਟ ਯੂਨਿਟ। ਇਹਨਾਂ ਵਿੱਚੋਂ CPU ਦਾ ਭਾਗ ਕਿਹੜਾ ਹੈ? ਉੱਤਰ ਆ ਜੀ ਦੋਸਤੋ ਇਹ ਪ੍ਰੋ, ਸਾਰੇ ਜਾਣ ਕੇ ਸਾਰੇ ਆ ਜਾਣਗੇ ਇਸਦੇ ਵਿੱਚ। ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਦੀ ਹੈ? ਉੱਤਰ ਆ ਜੀ ਦੋਸਤੋ ਸੈਕੰਡਰੀ ਮੈਮਰੀ। ਕੰਪਿਊਟਰ ਉੱਪਰ ਲੌਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਆ ਜੀ ਦੋਸਤੋ ਡੈਸਕਟੋਪ। ਅਤੇ ਅੱਗੇ ਆ ਜੀ 7ਵਾਂ ਕੁਐਸਚਨ, ਡਿਲੀਟ ਕੀਤੀਆਂ ਫਾਈਲਾਂ ਕਿਸ ਵਿੱਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ? ਉੱਤਰ ਆ ਜੀ ਦੋਸਤੋ ਰੀਸਾਈਕਲ ਬਿਨ। ਅਤੇ 8ਵਾਂ ਕੁਐਸਚਨ ਆ ਜੂਗਾ, ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ ਡੈਸ਼ ਬਾਰ ਮੌਜੂਦ ਹੁੰਦੀ ਹੈ? ਟਾਈਟਲ ਬਾਰ ਇਸਦਾ ਆਂਸਰ ਆ ਜੂ, ਅਤੇ ਕੰਪਿਊਟਰ ਇੱਕ ਡੈਸ਼ ਮਸ਼ੀਨ ਹੈ। ਉੱਤਰ ਆ ਜੀ ਦੋਸਤੋ ਇਲੈਕਟ੍ਰੋਨਿਕ ਇਸਦਾ ਆਂਸਰ ਆ ਜੂਗਾ, ਅਤੇ ਮੋਬਾਈਲ ਇੱਕ ਡੈਸ਼ ਉਪਕਰਨ ਹੈ। ਉੱਤਰ ਆ ਜੀ ਦੋਸਤੋ ਪੋਰਟੇਬਲ ਹੈ। ਅਤੇ 11ਵਾਂ ਕੁਐਸਚਨ ਆ ਜੂ, ਕੰਪਿਊਟਰ ਆਪਣੇ ਕੰਮ ਬਹੁਤ ਡੈਸ਼ ਨਾਲ ਕਰਦਾ ਹੈ? ਉੱਤਰ ਆ ਜੀ ਦੋਸਤੋ ਰਫ਼ਤਾਰ। ਅਤੇ ਕੁਐਸਚਨ ਆਂਸਰ ਅੱਗੇ ਆ ਜਾਣਗੇ ਸਹੀ ਗਲਤ। 12ਵਾਂ ਕੁਐਸਚਨ ਆ ਜੂਗਾ, ਕੰਪਿਊਟਰ ਗਣਨਾਵਾਂ ਨੂੰ 100% ਬੁੱਧਤਾ ਨਾਲ ਨਹੀਂ ਕਰ ਸਕਦਾ। ਦੋਸਤੋ ਇਹ ਗਲਤ ਆ ਜੂਗਾ, ਅਤੇ ਕੰਪਿਊਟਰ ਵਿੱਚ ਭਾਵਨਾ ਅਤੇ ਸਮਝ ਨਹੀਂ ਹੁੰਦੀ, ਇਹ ਦੋਸਤੋ ਸਹੀ ਆ ਜੂਗਾ। ਅਤੇ ਅਸੀਂ ਨੋਟਪੈਡ ਦੀ ਵਰਤੋਂ ਨਾਲ ਡਰਾਇੰਗ ਬਣਾ ਸਕਦੇ ਹਾਂ, ਇਹ ਦੋਸਤੋ ਗਲਤ ਹੈ। ਅਤੇ ਕੰਪਿਊਟਰ ਸਟਾਰਟ ਹੋਣ ਦੀ ਪ੍ਰਕਿਰਿਆ ਨੂੰ ਬੂਟਿੰਗ ਕਿਹਾ ਜਾਂਦਾ ਹੈ, ਦੋਸਤੋ ਇਹ ਸਹੀ ਹੈ। ਅਤੇ CPU ਦਾ ਪੂਰਾ ਨਾਮ ਕੀ ਹੈ ਦੋਸਤੋ? ਸੈਂਟਰਲ ਪ੍ਰੋਸੈਸਿੰਗ ਯੂਨਿਟ ਆ ਜੂਗਾ। ਅਤੇ ਅੱਗੇ CU ਦਾ ਪੂਰਾ ਨਾਮ, ਸੈਂਟਰਲ ਯੂਨਿਟ ਇਸਦਾ ਆਂਸਰ ਆ ਜੂਗਾ। MU ਦਾ ਪੂਰਾ ਨਾਮ ਲਿਖੋ, ਮੈਮਰੀ ਯੂਨਿਟ ਇਸਦਾ ਆਂਸਰ ਆ ਜੂਗਾ। ਅਤੇ ALU ਦਾ ਪੂਰਾ ਨਾਮ ਅਰਿਥਮੈਟਿਕ ਐਂਡ ਲੋਜਿਕ ਯੂਨਿਟ ਇਸਦਾ ਆਂਸਰ ਆ ਜੂਗਾ। ਅਤੇ ਨਵੀਂ ਫਾਈਲ ਬਣਾਉਣ ਲਈ ਸ਼ਾਰਟਕੱਟ ਕੀਜ਼ ਲਿਖੋ, Ctrl+N ਇਸਦਾ ਆਂਸਰ ਆ ਜੂਗਾ। ਅਤੇ ਪਹਿਲਾਂ ਬਣੀ ਫਾਈਲ ਖੋਲ੍ਹਣ ਦੀ ਸ਼ਾਰਟਕੱਟ ਕੀਜ਼ ਲਿਖੋ, Ctrl+O ਇਸਦਾ ਆਂਸਰ ਆ ਜੂਗਾ। ਫਾਈਲ ਨੂੰ ਸੇਵ ਕਰਨ ਲਈ ਸ਼ਾਰਟਕੱਟ ਕੀ ਲਿਖੋ, Ctrl+S। ਫਾਈਲ ਪ੍ਰਿੰਟ ਕਰਨ ਲਈ ਸ਼ਾਰਟਕੱਟ ਕੀ ਲਿਖੋ, Ctrl+P। ਅਤੇ ਐਂਡ ਯਾਨੀ ਕਿ ਅਨਡੂ ਲਈ ਸ਼ਾਰਟਕੱਟ ਕੀ ਲਿਖੋ, Ctrl+Z ਇਸਦਾ ਆਂਸਰ ਆ ਜੂਗਾ। ਰੀਡ ਜਾਂ ਰਿਪੀਟੋ ਲਈ ਸ਼ਾਰਟਕੱਟ ਕੀ ਲਿਖੋ, ਉੱਤਰ ਆ ਜੂ ਦੋਸਤੋ Ctrl+Y। ਅਤੇ ਦੋਸਤੋ ਅੱਗੇ ਆ ਜੂ ਭਾਗ ਆੜਾ, ਕੁੱਲ ਅੰਕ ਤੁਹਾਡੇ 15 ਦੇ ਹੋਣਗੇ। ਇਸਦੇ ਵਿੱਚ ਦੋਸਤੋ 3 ਕੁਐਸਚਨ ਜੋ ਕਿ 5 ਕੁਐਸਚਨ ਆਉਣਗੇ 3-3 ਅੰਕਾਂ ਦੇ। ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਕੰਪਿਊਟਰ ਨੂੰ ਪਰਿਭਾਸ਼ਿਤ ਕਰੋ। ਉੱਤਰ ਆ ਜੀ ਦੋਸਤੋ, ਕੰਪਿਊਟਰ ਬਿਜਲੀ ਨਾਲ ਚੱਲਣ ਵਾਲਾ ਉਪਕਰਨ ਹੈ ਜੋ ਯੂਜ਼ਰ ਤੋਂ ਇਨਪੁੱਟ ਦੇ ਤੌਰ 'ਤੇ ਡਾਟਾ ਲੈਂਦਾ ਹੈ ਅਤੇ ਹਦਾਇਤਾਂ ਦੇ ਸਮੂਹ
ਯਾਨੀ ਕਿ ਪ੍ਰੋਗਰਾਮ ਦੀ ਮਦਦ ਨਾਲ ਇਨਪੁੱਟ ਕੀਤੇ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਅਤੇ ਨਤੀਜੇ ਆਊਟਪੁੱਟ ਦੇ ਤੌਰ 'ਤੇ ਦਿੰਦਾ ਹੈ। ਸੀਪੀਯੂ ਦੇ ਭਾਗਾਂ ਦੇ ਨਾਂ ਲਿਖੋ। ਸੀਪੀਯੂ ਦੇ ਭਾਗ ਹਨ, ਹਾਂਜੀ ਦੋਸਤੋ, ਕੰਪਿਊਟਰ ਯੂਨਿਟ, ਮੈਮਰੀ ਯੂਨਿਟ, ਕੰਟਰੋਲ ਯੂਨਿਟ। ਦੋਸਤੋ, ਕੰਟਰੋਲ ਯੂਨਿਟ, ਮੈਮਰੀ ਯੂਨਿਟ, ਆਰਥਮੈਟਿਕ ਅਤੇ ਲੌਜਿਕ ਯੂਨਿਟ। ਇਸਦਾ ਆਂਸਰ ਆ ਜੀ, ਜਾਂ ਫਿਰ ਤੁਸੀਂ ਕਰ ਸਕਦੇ ਹੋ ਕੰਪਿਊਟਰ ਦੀ ਵੱਖ ਵੱਖ ਕਿਸਮਾਂ ਕਿਹੜੀਆਂ ਹਨ। ਉੱਤਰ ਆ ਜੀ ਦੋਸਤੋ, ਕੰਪਿਊਟਰ ਦੀਆਂ ਹੇਠ ਲਿਖੀਆਂ ਕਿਸਮਾਂ ਹਨ, ਮਾਈਕਰੋ ਕੰਪਿਊਟਰ, ਮਿੰਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ। ਅਤੇ ਅੱਗੇ ਆ ਜੀ ਦੋਸਤੋ, ਕਿਸੇ ਤਿੰਨ ਵਿੰਡੋ ਐਪਲੀਕੇਸ਼ਨ ਦੇ ਨਾਂ ਲਿਖੋ। ਉੱਤਰ ਆ ਜੀ ਦੋਸਤੋ, ਕੀ ਤਿੰਨ ਵਿੰਡੋ ਐਪਲੀਕੇਸ਼ਨ ਦੇ ਨਾਂ ਹੇਠਾਂ ਲਿਖੇ ਅਨੁਸਾਰ ਹਨ, ਨੋਟਪੈਡ, ਵਰਡਪੈਡ, ਕੈਲਕੂਲੇਟਰ, ਡੈਸਕਟੋਪ ਕੀ ਹੁੰਦਾ ਹੈ। ਉੱਤਰ ਆ ਜੀ ਦੋਸਤੋ, ਬੂਟਿੰਗ ਅਤੇ ਲੌਗਇਨ ਤੋਂ ਬਾਅਦ ਜੋ ਪਹਿਲੀ ਸਕਰੀਨ ਨਜ਼ਰ ਆਉਂਦੀ ਹੈ ਉਸ ਨੂੰ ਡੈਸਕਟੋਪ ਕਹਿੰਦੇ ਹਨ। ਡੈਸਕਟੋਪ 'ਤੇ ਟਾਸਕਬਾਰ ਆਈਕਨ ਅਤੇ ਸਟਾਰਟ ਬਟਨ ਹੁੰਦਾ ਹੈ। ਪੇਂਟ ਕੀ ਹੈ? ਪੇਂਟ ਇੱਕ ਸਾਫਟਵੇਅਰ ਹੈ ਜਿਸ ਦੀ ਵਰਤੋਂ ਤਸਵੀਰਾਂ ਬਣਾਉਣ ਅਤੇ ਪੇਂਟਿੰਗ ਕਰਨ ਵਾਸਤੇ ਕੀਤੀ ਜਾਂਦੀ ਹੈ। ਇਹ ਮਾਈਕਰੋਸਾਫਟ ਕੰਪਨੀ ਦਾ ਉਤਪਾਦ ਹੈ। ਜਾਂ ਫਿਰ ਦੋਸਤੋ ਕਰ ਸਕਦੇ ਹੋ, ਵਰਕ ਏਰੀਆ ਕੀ ਹੈ? ਉੱਤਰ ਆ ਜੀ ਦੋਸਤੋ, ਪੇਂਟ ਵਿੱਚ ਕੰਮ ਕਰਨ ਵਾਲੀ ਖਾਲੀ ਥਾਂ ਨੂੰ ਵਰਕ ਏਰੀਆ ਕਿਹਾ ਜਾਂਦਾ ਹੈ। ਇਸ ਵਿੱਚ ਅਸੀਂ ਤਸਵੀਰਾਂ ਬਣਾ ਸਕਦੇ ਹਾਂ। ਅਤੇ ਦੋਸਤੋ, ਭਾਗ ਏਰੀਆ ਆਜੂ ਅੱਗੇ ਪੰਜ ਅੰਕਾਂ ਵਾਲੇ ਪ੍ਰਸ਼ਨ, ਕੰਪਿਊਟਰ ਦੀਆਂ ਕੀ ਸੀਮਾਵਾਂ ਹਨ? ਉੱਤਰ ਦੋਸਤੋ ਆਜੂਗਾ ਇਸ ਤਰ੍ਹਾਂ, ਇਸ ਦੀਆਂ ਹੇਠ ਲਿਖੀਆਂ ਸੀਮਾਵਾਂ ਹਨ, ਕੰਪਿਊਟਰ ਆਪਣੇ ਆਪ ਵਿੱਚ ਕੋਈ ਸੂਚਨਾ ਤਿਆਰ ਨਹੀਂ ਕਰ ਸਕਦਾ। ਅਤੇ ਦੋਸਤੋ ਅੱਗੇ ਆ ਜਾਓ, ਦੂਜਾ ਕੁਐਸਚਨ, ਦੂਜਾ ਪੁਆਇੰਟ ਹੈ ਇਸਦਾ, ਕੰਪਿਊਟਰ ਕਿਸੇ ਗਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ। ਕੰਪਿਊਟਰ ਕੁਝ ਵੀ ਕਰਨ ਅਤੇ ਕਰਨ ਲਈ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ, ਅਤੇ ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਹਿਦਾਇਤ ਨਾ ਦਿੱਤੀ ਜਾਵੇ ਉਹ ਆਪ ਕੰਮ ਨਹੀਂ ਕਰ ਸਕਦਾ। ਇੱਕ ਮਨੁੱਖ ਦੀ ਤਰ੍ਹਾਂ ਇਸ ਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ। ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਾਂਝ ਦੇ ਤਜਰਬਾ ਨਹੀਂ ਹੁੰਦਾ। ਜਾਂ ਫਿਰ ਦੋਸਤੋ ਕਰ ਸਕਦੇ, ਕੰਪਿਊਟਰ ਦੇ ਕੋਈ ਤਿੰਨ ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ। ਅਤੇ ਦੋਸਤੋ ਤੁਸੀਂ ਕਰ ਸਕਦੇ, ਕੰਪਿਊਟਰ ਦੀ ਵਰਤੋਂ ਸਿੱਖਿਆ, ਸਿਹਤ, ਦੁਕਾਨਾਂ, ਵਪਾਰ, ਬੈਂਕਾਂ, ਮਨੋਰੰਜਨ, ਸਰਕਾਰੀ ਸੈਕਟਰਾਂ ਆਦਿ ਖੇਡਾਂ ਦੇ ਖੇਤਰ ਵਿੱਚ ਕੀਤੀ ਜਾ ਸਕਦੀ ਹੈ। ਅਤੇ ਉਸ ਤੋਂ ਪੁਆਇੰਟ ਤੁਸੀਂ ਇਸ ਤਰ੍ਹਾਂ ਲਿਖਣਾ, ਸਿੱਖਿਆ ਦੇ ਖੇਤਰ, ਸਿਹਤ ਅਤੇ ਦਵਾਈਆਂ ਦੇ ਖੇਤਰ, ਦੁਕਾਨਾਂ ਵਿੱਚ ਤੁਸੀਂ ਤਿੰਨ ਕਰਨੇ ਹਨ। ਜਿਵੇਂ ਕਿ ਕੁਐਸਚਨ ਦੇ ਵਿੱਚ ਦਿੱਤਾ ਗਿਆ ਹੈ, ਕੋਈ ਤਿੰਨ ਪ੍ਰਯੋਗਾਂ ਦੇ ਖੇਤਰਾਂ ਦੀ ਵਿਆਖਿਆ ਕਰੋ। ਅਤੇ ਦੋਸਤੋ ਇਸ ਦੇ ਵਿੱਚ ਤੁਹਾਨੂੰ ਪੰਜ ਦਿੱਤੇ ਗਏ ਹਨ, ਤੁਸੀਂ ਕੋਈ ਵੀ ਤਿੰਨ ਕਰ ਸਕਦੇ ਹੋ। ਓਪਰੇਟਿੰਗ ਸਿਸਟਮ ਕੀ ਹੈ? ਵੱਖ ਵੱਖ ਓਪਰੇਟਿੰਗ ਸਿਸਟਮਾਂ ਦੀ ਉਦਾਹਰਣ ਸਹਿਤ ਵਿਆਖਿਆ ਕਰੋ। ਇਸ ਦੇ ਲਈ ਦੋਸਤੋ ਉੱਤਰ ਕੀ ਆਜੂਗਾ? ਓਪਰੇਟਿੰਗ ਸਿਸਟਮ ਉਹ ਸਿਸਟਮ ਸਾਫਟਵੇਅਰ ਹੁੰਦਾ ਹੈ, ਕੰਪਿਊਟਰ ਹਾਰਡਵੇਅਰ ਨੂੰ ਕੰਪਿਊਟਰ ਸਾਫਟਵੇਅਰ ਨਾਲ ਸੰਪਰਕ ਕਰਨ ਅਤੇ ਓਪਰੇਟਿੰਗ ਸਿਸਟਮ ਦੇ ਯੋਗ ਬਣਾਉਂਦਾ ਹੈ। ਓਪਰੇਟਿੰਗ ਸਿਸਟਮ ਦੀ ਪਰਿਭਾਸ਼ਾ, ਇੱਕ ਓਪਰੇਟਿੰਗ ਸਿਸਟਮ ਇੱਕ ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ ਹਾਰਡਵੇਅਰ ਨੂੰ ਕੰਪਿਊਟਰ ਸਾਫਟਵੇਅਰ ਨਾਲ ਸੰਪਰਕ ਕਰਨ ਅਤੇ ਓਪਰੇਟ ਕਰਨ ਦੇ ਯੋਗ ਬਣਾਉਂਦਾ ਹੈ। ਵੱਖ ਵੱਖ ਪ੍ਰਕਾਰ ਦੇ ਓਪਰੇਟਿੰਗ ਸਿਸਟਮ ਹੇਠਾਂ ਲਿਖੇ ਅਨੁਸਾਰ ਹਨ, ਜੋ ਕਿ ਦੋਸਤੋ ਇਸ ਤਰ੍ਹਾਂ ਹੋ ਜਾਣਗੇ, ਵਿੰਡੋਜ਼, ਡੋਸ ਅਤੇ ਐਂਡਰੋਇਡ। ਜਾਂ ਫਿਰ ਤੁਸੀਂ ਕਰ ਸਕਦੇ, ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ ਵੱਖ ਆਪਸ਼ਨ ਦੀ ਵਿਆਖਿਆ ਕਰੋ। ਦੋਸਤੋ ਇਸ ਦੇ ਲਈ ਦੋਸਤੋ ਉੱਤਰ ਹੋ ਜਾਏ, ਜਿਵੇਂ ਕਿ ਸਲੀਪ, ਸੱਟ ਡਾਊਨ, ਲੋਗ ਆਫ ਅਤੇ ਰੀਸਟਾਰਟ, ਇਹਨਾਂ ਦੀਆਂ ਜੋ ਕਿ ਕਿਸਮਾਂ ਹਨ, ਜੋ ਕਿ ਕਿਸ ਤਰ੍ਹਾਂ ਤੁਸੀਂ ਬੰਦ ਕਰ ਸਕਦੇ ਹੋ। ਦੋਸਤੋ ਇਸ ਤਰ੍ਹਾਂ ਇਹ ਹੋ ਜੂਗਾ, ਅਤੇ ਇਸ ਤਰ੍ਹਾਂ ਦੋਸਤੋ ਤੁਹਾਡਾ ਪੂਰਾ ਕੁਐਸਚਨ ਪੇਪਰ ਹੱਲ ਹੋ ਚੁੱਕਿਆ ਹੈ। ਜੇਕਰ ਤੁਹਾਨੂੰ ਅੱਗੇ ਵੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਗੇ ਤੁਹਾਡੇ ਪੇਪਰ ਜੇਕਰ ਖਤਮ ਹੋ ਗਏ ਹਨ, ਤੁਹਾਨੂੰ ਦੱਸ ਦਈਏ ਕਿ ਅੱਗੇ ਤੁਹਾਡੇ ਨਵੰਬਰ ਦੇ ਵਿੱਚ ਐਗਜ਼ਾਮ ਹੋਣੇ ਹਨ, ਉਹਨਾਂ ਦੇ ਪੇਪਰ ਆਪਾਂ ਆਪਣੇ ਚੈਨਲ 'ਤੇ ਅਪਲੋਡ ਕਰਾਂਗੇ। ਤਾਂ ਕਰਕੇ ਵੀਡੀਓ ਜੋ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਪੇਪਰ ਉਹ ਮਿਲ ਜਾਣ ਜੋ ਵੀ ਆਪਾਂ ਅਪਲੋਡ ਕਰੀਏ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਔਨ ਜ਼ਰੂਰ ਕਰ ਦੇਣਾ। ਅਤੇ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ।